ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕੁਝ ਦਿਨ ਪਹਿਲਾਂ ਸੁਧੀਰ ਕੁਮਾਰ ਸੂਰੀ ਨੇ ਬਹੁਤ ਗਲਤ ਬਿਆਨਬਾਜ਼ੀ ਕੀਤੀ ਸੀ ਸਿੱਖਾਂ ਦੇ ਅਗੇਂਸਟ, ਖਾਲਿਸਤਾਨੀਆਂ ਦੇ ਅਗੇਂਸਟ ਦੇ ਮਾਂ ਭੈਣ ਦੀਆਂ ਗਾਲਾਂ ਵੀ ਕੱਢੀਆਂ ਸਨ, ਜਿਸ ਦੇ ਚੱਲਦਿਆਂ ਸਿੱਖ ਪੰਥ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਪਾਇਆ ਗਿਆ ਸੀ ਅਤੇ ਸਿੱਟੇ ਸਰੂਪ ਸੂਰੀ ਨੂੰ ਅਰੈਸਟ ਕਰ ਦਿੱਤਾ ਗਿਆ ਸੀ, ਕਿਉਂਕਿ ਬਹੁਤ ਸਾਰੇ ਅਜਿਹੇ ਸਿੱਖ ਸਨ ਜੋ ਸੂਰੀ ਦੀ ਧੌਣ ਵੱਢਣਾ ਚਾਹੁੰਦੇ ਸਨ, ਜਿਨ੍ਹਾਂ ਨੇ ਸਰੇਆਮ ਉਸ ਨੂੰ ਚੈਲੰਜ ਕਰ ਦਿੱਤਾ ਸੀ ਕਿ ਤੁਸੀਂ ਸਾਡੀ ਇੱਜ਼ਤ 'ਤੇ ਹੱਥ ਪਾਉਣ ਦੀ ਗੱਲ ਕੀਤੀ ਹੈ ਅਤੇ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ। ਹੁਣ ਕਾਫੀ ਸਮਾਂ ਹੋ ਚੁੱਕਿਆ ਹੈ, ਸੁਧੀਰ ਕੁਮਾਰ ਸੂਰੀ ਜੇਲ੍ਹ ਦੇ ਵਿੱਚ ਬੈਠਾ ਹੈ, ਪਰ ਇੱਕ ਵਾਰ ਫਿਰ ਤੋਂ ਬਜਰੰਗ ਦਲ ਉੱਤਰ ਆਇਆ ਹੈ ਸੜਕਾਂ 'ਤੇ ਅਤੇ ਕੀ ਕਹਿਣਾ ਹੈ ਉਹਨਾਂ ਦਾ, ਆਓ ਦਿਖਾਉਂਦੇ ਹਾਂ ਅਤੇ ਸੁਣਾਉਂਦੇ ਹਾਂ। ਅੱਜ ਅਲੱਗ ਅਲੱਗ ਹਿੰਦੂ ਸੰਗਠਨਾਂ ਵੱਲੋਂ ਸੁਧੀਰ ਸੂਰੀ ਦੀ ਰਿਹਾਈ ਅਤੇ ਜਿਹੜੇ ਹਿੰਦੂਆਂ ਦੇ 2 ਦੇ ਮੁਕੱਦਮੇ ਦਰਜ ਆ ਉਹਨੂੰ ਰੱਦ ਕਰਾਉਣ ਦੇ ਲਈ ਅੱਜ ਹਿੰਦੂ ਸਮਾਜ ਵੱਲੋਂ ਪੰਜਾਬ ਵੱਲੋਂ ਬਿਹਾਰ ਦੇ ਲਈ ਇੱਕ ਐਜੀਟੇਸ਼ਨ ਕੀਤਾ ਗਿਆ ਸੀਗਾ ਅਤੇ ਅਸੀਂ BJP ਦੇ ਨਾਮ 'ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਹਿੰਦੂਆਂ ਦੇ 295 ਦੇ ਨਜਾਇਜ਼ ਪਰਚੇ ਹੋਏ ਆ ਉਹਨਾਂ ਨੂੰ ਰੱਦ ਕਰਕੇ ਉਹਨਾਂ ਰਿਹਾਅ ਕੀਤਾ ਜਾਵੇ। ਜਾਂ ਅਸੀਂ ਹਲੇ DGP ਸਾਹਿਬ ਦੇ ਨਾਂ 'ਤੇ ਮੰਗ ਪੱਤਰ ਦਿੱਤਾ, ਉਸ ਤੋਂ ਬਾਅਦ ਜਿਹੜੇ ਪੰਜਾਬ ਭਰ ਜ਼ਿਲ੍ਹੇ ਵਾਈਜ਼ ਆ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ। ਹੋਰ ਮੈਂ ਬੰਦਾ ਜੀ ਲੱਗਾ ਬੋਲਣ ਦੀ ਨਾ ਬੋਲੋ ਕਿਉਂ ਕਹਿ ਚੱਲੇ ਹੋ ਲੱਗਿਆ ਜਾਵਾ ਜਾਵੀਆਂ ਹੋਰ ਜਾਵਾ ਕਰ ਕੇ ਫਿਰ ਚੱਲੇ ਜਾਵਾ ਲੱਗੇ।
ਨਾਰੇ ਬੋਲੋ, ਨਾਰੇ ਨਾਰੇ ਹਿੰਦੂ ਏਕਤਾ, ਹਿੰਦੂ ਏਕਤਾ। ਸੁਧੀਰ ਕੁਮਾਰ ਸੂਰੀ ਦੀ ਪੈਰਵੀ ਕਰਦੀ ਇਹ ਬਾਂਦਰ ਸੈਨਾ ਸ਼ਾਇਦ ਭੁੱਲ ਗਈ ਹੈ ਕਿ ਕਿਸੇ ਦੀ ਮਾਂ ਭੈਣ ਬਾਰੇ ਗੰਦੀਆਂ ਗਾਲਾਂ ਕੱਢ ਕੇ ਸੰਬੋਧਿਤ ਕਰਨਾ, ਗੰਦੀਆਂ ਗਾਲਾਂ ਕੱਢ ਕੇ ਸੰਬੋਧਿਤ ਕਰਨ ਵਾਲੇ ਇਨਸਾਨ ਨੂੰ ਐਵੇਂ ਹੀ ਬਖਸ਼ਿਆ ਨਹੀਂ ਜਾ ਸਕਦਾ। ਅਤੇ ਅਗਰ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਰੱਖਿਆ ਹੈ ਤਾਂ ਕਿਤੇ ਨਾ ਕਿਤੇ ਉਸਦੀ ਹੀ ਸੇਫਟੀ ਵਾਸਤੇ ਰੱਖਿਆ ਹੈ। ਇਸ ਕਰਕੇ ਸਾਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਇੱਜ਼ਤ ਕਰਦੇ ਹੋਇਆਂ ਸੁਧੀਰ ਕੁਮਾਰ ਸੂਰੀ ਨੂੰ ਰਿਹਾ ਕਰਨਾ ਹੈ ਜਾਂ ਨਹੀਂ ਕਰਨਾ, ਇਹ ਪ੍ਰਸ਼ਾਸਨ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ।
ਇਫ ਯੂ ਲਾਈਕ ਦ ਨਿਊਜ਼ ਪਲੀਜ਼ ਲਾਈਕ ਐਂਡ ਸ਼ੇਅਰ ਦ ਨਿਊਜ਼ ਸਬਸਕ੍ਰਾਈਬ ਦ ਚੈਨਲ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।